ਕੀ ਹਾਲ ਹੈ ਜੀ? ਕਿੱਦਾਂ? ਠੀਕ ਠਾਕ ਹੋ? ਸਭ ਖੈਰੀਅਤ ਹੈ? ਅਤੇ ਅੱਜ ਮੈਂ ਨਿਕਲਿਆ ਘਰੋਂ ਇੱਕ ਕੰਮ ਵਾਸਤੇ, ਅਤੇ ਕੰਮ ਕਰ ਲਿਆ ਅਤੇ ਉੱਥੋਂ ਮੇਰਾ ਪਲੈਨ ਬਣਿਆ ਜੀ ਕਿ ਚੱਲੀਏ ਦੁਬਈ ਮੋਲ ਮਾਜਦ ਕੋਲ, ਅਤੇ ਜੇਬ 'ਚ ਹੱਥ ਪਾਇਆ ਅਤੇ ਪਰ ਅਸੀਂ ਘਰ ਰਹਿ ਗਏ। ਅਤੇ ਉੱਤੋਂ ਹੋ ਗਿਆ ਮੌਸਮ ਬੜਾ ਪਿਆਰਾ, ਬਦਲ ਹੋ ਗਿਆ ਦੁਬਈ 'ਚ। ਅੱਜ ਮੈਂ ਪਹਿਲੇ ਦਿਨ ਜਿਹੜਾ ਨਾ ਜੋਧ ਆਇਆ ਵਾਂ, ਇੰਨਾ ਬਦਲ ਦੇਖਿਆ ਵੇ, ਅਤੇ ਬਾਰਿਸ਼ ਵੀ ਹਲਕੀ ਹਲਕੀ ਹੋ ਰਹੀ ਹੈ। ਅਤੇ ਮੈਂ ਕਿਹਾ ਚਲੋ ਨਾਲੇ ਘਰ ਪੈਦਲ ਨਿਕਲਦੇ ਹਾਂ ਅਤੇ ਨਾਲੇ ਤੁਹਾਨੂੰ ਦੁਬਈ ਦੀਆਂ ਸੜਕਾਂ ਚੈੱਕ ਕਰਵਾਉਂਦੇ ਹਾਂ ਜੀ। ਪਹਿਲੇ ਤਾਂ ਤੁਹਾਨੂੰ ਚੈੱਕ ਕਰਾਈਏ ਕਿ ਮੌਸਮ ਕੈਸਾ ਹੋਇਆ ਅੱਜ, ਇਹ ਚੈੱਕ ਕਰੋ ਬਦਲ। ਅੱਜ ਤਾਂ ਪੂਰਾ ਮਾਹੌਲ ਜਿਹੜਾ ਨਾ ਲਾਹੌਰ ਵਾਲਾ ਬਣਿਆ ਪਿਆ। ਇੱਧਰ ਵੀ ਵੇਖ ਲਵੋ, ਹਲਕੀਆਂ ਹਲਕੀਆਂ ਕਣੀਆਂ ਡਿੱਗ ਰਹੀਆਂ ਨੇ। ਅਤੇ ਮੈਂ ਕਿਹਾ ਅੱਜ ਪੈਦਲ ਹੀ ਵਾਕ ਕਰੀਏ ਅਤੇ ਅੱਜ ਤੁਹਾਨੂੰ ਪੈਦਲ ਦੁਬਈ ਦਿਖਾਈਏ ਜੀ। ਸਕੂਟੀ 'ਤੇ ਆਪਾਂ ਵੇਖਦੇ ਰਹਿੰਦੇ ਹਾਂ ਅਤੇ ਅੱਜ ਭਲਵਾਨ ਜੀ ਪੈਦਲ ਹੀ ਸਹੀ। ਇੱਥੋਂ ਘਰ ਤੱਕ ਸਾਨੂੰ ਪੈਦਲ ਹੀ ਜਾਣਾ ਪੈਣਾ ਵੀ ਅੱਜ, ਨਾ ਤਾਂ ਸਕੂਟੀ ਹੈ ਅਤੇ ਨਾ ਹੀ ਕੋਲ ਪੈਸੇ ਨੇ। ਅੱਛਾ, ਮੈਂ ਅਕਸਰ ਇਹ ਨਾ ਪਰਸ ਜੇਬ 'ਚ ਰੱਖਣਾ ਭੁੱਲ ਜਾਂਦਾ ਵਾਂ। ਇਹ ਪਿੱਛੇ ਮੈਂ ਗਿਆ ਵਾਂ ਸਕੂਟੀ 'ਤੇ ਸ਼ਾਰਜਾ, ਅਤੇ ਉੱਥੇ ਜਾ ਕੇ ਮੈਨੂੰ ਪਿਆਸ ਲੱਗੀ। ਪਾਣੀ ਅਕਸਰ ਬੈਗ ਦੇ ਵਿੱਚ ਹੁੰਦਾ ਅਤੇ ਲੇਕਿਨ ਉਹ ਜਦੋਂ ਬੈਗ ਨੂੰ ਹੱਥ ਮਾਰਿਆ ਤਾਂ ਬੋਤਲ ਵੀ ਖਾਲੀ ਪਈ ਸੀ। ਚਲੋ ਮੈਂ ਕਿਹਾ ਨਵੀਂ ਬੋਤਲ ਲੈ ਲੈਂਦੇ। ਉਹ ਜੇਬ 'ਚ ਹੱਥ ਮਾਰਿਆ ਤਾਂ ਭਾਈ ਪਰ ਅਸੀਂ ਕੋਲਾਂ। ਚਲੋ ਹੁਣ ਇਹ ਟੈਨਸ਼ਨ ਨਹੀਂ ਹੁੰਦੀ ਕਿ ਪਿਆਸ ਲੱਗੀ ਜੇ ਜਾਂ ਇੰਨੀ ਦੂਰ ਆਏ ਹਾਂ, ਟੈਨਸ਼ਨ ਇਹ ਸ਼ੁਰੂ ਹੋ ਗਈ ਕਿਤੇ ਖੁਦਾ ਨਾ ਖਾਦਾ ਸਕੂਟੀ ਖਰਾਬ ਹੋ ਗਈ ਤਾਂ ਫਿਰ ਕੀ ਕਰਾਂਗਾ। ਲੇਕਿਨ ਉਹ ਸ਼ੁਕਰ ਅਲਹਮਦੁਲਿਲਾ ਕਿ ਐਸਾ ਕੋਈ ਮਸਲਾ ਨਹੀਂ ਹੋਇਆ। ਉਹ ਖੈਰ ਉਹ ਆਫੀਸ ਨਾਲ ਮੈਂ ਘਰ ਪਹੁੰਚ ਗਿਆ ਅਤੇ ਅੱਜ ਵੀ ਮੈਂ ਉਹੀ ਕੰਮ ਹੋਇਆ ਕਹਿੰਦਾ ਪਰਸ ਲਿਆਉਣਾ ਜਿਹੜਾ ਨਾ ਮੈਂ ਭੁੱਲ ਗਿਆ। ਖੈਰ ਕੋਈ ਨਹੀਂ, ਘਰ ਚੱਲਦੇ ਹਾਂ, ਪਰਸ ਲੈਂਦੇ ਹਾਂ ਉੱਥੋਂ ਅਤੇ ਫਿਰ ਨਿਕਲਦੇ ਹਾਂ ਭਾਅ ਜੀ ਅਸੀਂ ਅੱਗੇ ਨੂੰ। ਹੁਣ ਅੱਜ ਕੱਲ੍ਹ ਦੁਬਈ ਦੀਆਂ ਸੜਕਾਂ ਦੇ ਨਜ਼ਾਰੇ ਕਰੋ ਤੁਸੀਂ, ਰੈਸਟੋਰੈਂਟ ਹੀ ਨੇ, ਉਹਨਾਂ ਦੀ ਸਿਟਿੰਗ ਹੀ ਹੈ। ਲੋਕ ਅੱਜ ਇੰਜੋਏ ਵਾਸਤੇ ਸੜਕਾਂ 'ਤੇ ਬੈਠੇ ਆ, ਫੁੱਟਪਾਥਾਂ 'ਤੇ ਆ ਕੇ ਬੈਠ ਗਏ ਆ। ਉਹ ਹੁਣ ਇਹ ਵੇਖਣਾ ਘਰ ਨੂੰ ਸੜਕ ਘੜੀ ਜਾਂਦੀ ਹੈ। ਮੌਸਮ ਬੜਾ ਪਿਆਰਾ ਹੋਇਆ ਯਾਰ ਅੱਜ, ਬਾਕੀ ਗੱਲਾਂ ਦੀਆਂ ਗੱਲਾਂ। ਇਹ ਹੁਣ 5 ਦਸੰਬਰ ਵਾਲਾ ਬਾਬਾ ਜੀ ਵੀ ਲੱਗੇ ਨੇ। ਉਹ ਉੱਥੇ ਅੱਗੇ ਜਾ ਕੇ ਡੇ ਟੂ ਡੇ ਆਏਗਾ ਮੇਰਾ ਖਿਆਲ। ਨਹੀਂ, ਉਹ ਕੈਰੀਫੋਰ ਵੀ ਆ ਗਿਆ। ਚਲੋ ਇਹ ਵੀ ਚੰਗਾ ਹੋ ਗਿਆ, ਕੈਰੀਫੋਰ ਤੋਂ ਵੀ ਜਿਹੜਾ ਨਾ ਆਪਣੇ ਘਰ ਨੂੰ ਸੜਕ ਜਾਂਦੀ ਹੈ।
ਹੱਦ ਤੋਂ ਜ਼ਿਆਦਾ ਪਿਆਰਾ ਨਾ ਅੱਜ ਮਾਹੌਲ ਬਣਿਆ ਪਿਆ। ਹਾਂ ਠੀਕ, ਹੁਣ ਪਤਾ ਲੱਗ ਗਿਆ ਮੈਨੂੰ ਮੈਂ ਕਿੱਥੇ ਹੈਗਾ ਵਾ। ਇਹਨਾਂ ਸੜਕਾਂ 'ਤੇ ਮੰਨਦੇ ਰਹਿੰਦਾ ਵਾ, ਇਨਸ਼ਾਅੱਲਾ ਰਸਤਾ ਲੱਭ ਜਾਏਗਾ। ਹੁਣ ਨੱਚੋ, ਇਹ ਇੱਕ ਮਾਰਕੀਟ ਹੈਗੀ ਹੈ ਡੇ ਨਾਈਟ ਵਾਲੀ, ਰਾਤ ਨੂੰ ਖੁੱਲ੍ਹੇਗੀ। ਇੱਥੇ ਵੀ ਫਿਲਪੀਨੇ ਹੀ ਹੁੰਦੇ ਨੇ ਜ਼ਿਆਦਾ, ਕਾਲੇ ਬਾਦਲ ਲੱਗੇ ਜਾ ਰਹੇ ਨੇ, ਮੌਸਮ ਹਾਂਜੀ ਵੱਧ ਤੋਂ ਵੱਧ ਹੀ ਹੁੰਦਾ ਜਾ ਰਿਹਾ। ਅੱਛਾ ਜੀ, ਗਰਮੀ ਵੀ ਇੰਨੀ ਜ਼ਿਆਦਾ ਨਹੀਂ ਹੈਗੀ, ਗਰਮੀ ਬਲਕਿ ਹੈ ਹੀ ਨਹੀਂ ਹੈ। ਤਾਂ ਇਹਦਾ ਮਜ਼ਾ ਆਉਣ ਡਿਆ ਸੜਕ 'ਤੇ ਫਿਰਨ ਦਾ ਪੈਦਲ, ਨਹੀਂ ਤਾਂ ਭਾਅ ਜੀ ਕਿੰਨੇ ਪੈਦਲ ਵੀਡੀਓ ਬਣਾਉਣੀ ਸੀ ਅਤੇ ਕਿੰਨੇ ਫਿਰਨਾ ਸੀ ਇੱਥੇ। ਆਪਾਂ ਸਕੂਟੀ 'ਤੇ ਹੀ ਜਾਂਦੇ ਹਾਂ, ਉਹ ਸਾਹਮਣੇ ਮੇਰੇ ਜੂਸ ਵਰਲਡ ਹੀ ਗਾ ਜੀ, ਇਹ ਰਿਹਾਇਸ਼ੀ ਬਿਲਡਿੰਗਾਂ ਨੇ ਸਾਰੀਆਂ। ਇਹ ਜੋ ਖਿਡੌਣੇ ਨਿਕਲਦੇ ਨੇ ਇੱਕ ਦਿਰਮ ਪਾਓ ਤੇ, ਇਹ ਹੈਗੀ ਉਹ ਮਾਰਕੀਟ, ਲੇਕਿਨ ਰਾਤ ਨੂੰ ਖੁੱਲ੍ਹੇਗੀ। ਮੈਂ ਕਿਹਾ ਚਲੋ ਜਿੰਨਾ ਜੇਕਰ ਘਰ ਤੱਕ ਪਹੁੰਚਣੇ ਆ ਉਹਨਾਂ ਜੇਕਰ ਤੁਹਾਨੂੰ ਰਸਤਾ ਹੀ ਦਿਖਾਈਏ ਵਾਲਾ। ਦੇਖੋ ਨਾ ਇਹਦਾ ਨਾਈਟ ਹੀ, ਉਹ ਨਾਈਟ ਕਹਿੰਦਾ ਵੈ ਨਾ ਹੀ ਦੀ ਨਾਈਟ ਮਾਰਕੀਟ ਹੀ ਕਵੇ। ਅਲਰੀਗਾ DSF ਅਲਰੀਗਾ ਉਹ ਹੈ ਸੜਕ ਹੀ, ਇੱਥੋਂ ਪਾਰ ਕਰ ਬੰਦੇ ਆ ਚਾਰਾ ਛੱਡ ਕੇ ਅੱਗੇ ਲਗਾ ਜਾਂਦਾ। ਸੋਹਣੀਆਂ ਸੋਹਣੀਆਂ ਬੱਸਾਂ ਲੱਗੀਆਂ ਜਾਂਦੀਆਂ ਨੇ ਜੀ, ਸਾਰਾ ਆਪਣਾ ਬੰਦ ਹੈ। ਬਾਈ ਥਮਸ ਅਪ ਕਰ ਰਹੇ ਸਨ, ਉਹਨਾਂ ਨੇ ਦੇਖਿਆ ਕਿ ਵੀਡੀਓ ਬਣਾਉਣ ਡੇ ਹੈ, ਚਲੋ ਇਹਦਾ ਸਾਥ ਹੀ ਦੇ ਦਈਏ ਥੋੜ੍ਹਾ ਜਿਹਾ। ਓ ਹੋ 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 ਹੋ, ਕਿੰਨੀਆਂ ਸੋਹਣੀਆਂ ਸੋਹਣੀਆਂ ਗੱਡੀਆਂ ਜਾ ਰਹੀਆਂ। ਅਗਲਾ ਇਸ਼ਾਰਾ ਵੀ ਬੰਦ ਹੈ ਔਰ ਖੁੱਲ੍ਹ ਗਿਆ, ਖੁੱਲ੍ਹ ਗਿਆ ਜੀ, ਖੁੱਲ੍ਹ ਗਿਆ, ਖੁੱਲ੍ਹ ਗਿਆ, ਖੁੱਲ੍ਹ ਗਿਆ। ਇਹ ਜੂਸ ਵਰਲਡ ਹੈ ਜੀ, ਇੱਥੇ ਦੁਨੀਆ ਭਰ ਦੇ ਜੂਸ, ਜਿਹੜੇ ਮਰਜ਼ੀ ਇਹਨਾਂ ਕੋਲ ਆ ਕੇ ਮੰਗੋ ਤਾਂ ਦੇ ਦੇਣਗੇ, ਜਿਸ ਮਰਜ਼ੀ ਮੁਲਕ ਦਾ ਮੰਗੋ ਵੀ ਦੇ ਦੇਣਗੇ। ਮੌਸਮ ਹਸੀਨ ਤੋਂ ਹਸੀਨ ਹੀ ਹੁੰਦਾ ਜਾ ਰਿਹਾ। ਇਹ ਸਾਹਮਣੇ ਕੈਲੀਫੋਰਨੀਆ ਵੇ ਅਲਗੁਰੇਰ ਮਾਰਕੀਟ ਦਾ, ਉਹ ਅਲਗੁਰੇਰ ਪਲਾਜ਼ਾ ਦਾ, ਅਲਗੁਰੇਰ ਸੈਂਟਰ ਸੋਰੀ,
ਇਹ ਉਹ ਮਸਜਿਦ ਆ ਗਈ ਜਿੱਥੇ ਮੈਂ ਨਮਾਜ਼ ਪੜ੍ਹਨ ਆਉਂਦਾ। ਇਹ ਵੀ ਅਲਗੁਰੇਰ ਦਾ ਹੀ ਕੁਛ ਹੈਗਾ ਵੇ, ਅਲਗੁਰੇਰ ਬੜਾ ਵੱਡਾ ਪਲਾਜ਼ਾ ਹੈਗਾ, ਬਲਕਿ ਮੌਲ ਹੀ ਆਵੇ ਪਲਾਜ਼ਾ ਸਾਡੇ ਉੱਥੇ ਹੁੰਦਾ, ਇੱਥੇ ਮੌਲ ਹੁੰਦਾ। ਮੌਸਮ ਦੇਖੋ ਯਾਰ, ਮੌਸਮ ਮੇਲਾ ਲੁੱਟ ਗਿਆ ਅੱਜ। ਅੱਜ ਸਿਰਫ ਤੁਸੀਂ ਰਸਤੇ ਵੇਖੋ, ਅੱਜ ਮੈਂ ਗੱਲਾਂ ਨਹੀਂ ਸੁਣਾਉਣੀ, ਤੁਹਾਨੂੰ ਰਸਤਾ ਹੀ ਵਿਖਾਉਣਾ। ਇਹ ਅਲਗੁਰੇਰ ਦਾ ਦਰਵਾਜ਼ਾ ਨੰਬਰ 2, ਇਹ ਮਸਜਿਦ ਆ ਗਈ ਆਪਣੀ ਜਿੱਥੇ ਆਪਾਂ ਨਮਾਜ਼ ਪੜ੍ਹਨੀ। ਬਹੁਤ ਹੀ ਖੂਬਸੂਰਤ ਮਾਸ਼ਾਅੱਲਾ ਮਸਜਿਦ, ਨਮਾਜ਼ੀ ਵੀ ਬਹੁਤ ਜ਼ਿਆਦਾ ਹੁੰਦੇ ਨੇ ਇੱਥੇ। ਜਿੰਨਾ ਮਾਡਰਨ ਸਿਟੀ ਹੈ ਨਾ, ਉਨਾ ਹੀ ਇੱਥੇ ਦੀਨ ਦੀ ਦਾ ਵੀ ਬੜਾ ਖਾਸ ਖਿਆਲ ਰੱਖਿਆ ਜਾਂਦਾ। ਬਾਰਿਸ਼ ਸ਼ੁਰੂ ਹੋ ਗਈ ਹੈ ਭਾਅ ਜੀ, ਠੀਕ ਹੈ ਨਾ। ਇਹ ਥੱਲੇ ਵੇਖੋ, ਕਣੀਆਂ ਕੁਣੀਆਂ ਪੈਣੀਆਂ। ਉਹ ਸੋਰੀ 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 ਸੋਰੀ, ਪਿੱਛੇ ਮੇਰੇ ਹਰਨ ਭਾਈ ਮਾਰਦੇ ਪਏ ਸਾਨੂੰ, ਅਤੇ ਮੈਂ ਅੱਗੇ ਤੁਹਾਨੂੰ ਬਾਰਿਸ਼ ਵਹਾਉਣ ਵਾਸਤੇ ਖਲੋ ਗਏ ਹਾਂ। ਕਣੀਆਂ ਸ਼ੁਰੂ ਹੋ ਗਈਆਂ ਨੇ, ਔਰ ਇੱਥੇ ਦੀ ਬਾਰਿਸ਼ ਤਾਂ ਸਾਨੂੰ ਨਹੀਂ ਪਤਾ ਕਿਹੜੇ ਲਈ ਬਣਵਾਉਂਦੀ ਹੈ, ਵੱਡੀ ਬਾਰਿਸ਼ ਤਬਦੀਲ ਹੋ ਜਾਵੇ, ਲੇਕਿਨ ਫਿਲਹਾਲ ਕਣੀਆਂ ਹੀ ਨੇ। ਸਵੇਰੇ ਕਿਤੇ 6 ਵਜੇ ਵੀ ਬਾਰਿਸ਼ ਹੋਈ ਹੈ। ਦੂਜੇ ਮਸਜਿਦ ਦਾ ਨਜ਼ਾਰਾ ਕਰੋ, ਮਾਸ਼ਾਅੱਲਾ 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 ਮਾਸ਼ਾਅੱਲਾ। ਬੱਚਿਆਂ ਦੇ ਸਕੂਲ ਦੀਆਂ ਬੱਸਾਂ ਇਹੋ ਜਿਹੀ ਹੁੰਦੀਆਂ ਨੇ ਇੱਥੇ। ਇਹ ਚੌਕਿੰਗ ਆ ਗਿਆ, ਬਾਰਿਸ਼ ਜ਼ੋਰੋ ਸ਼ੋਰ ਨਾਲ ਹੋਣੀ ਸ਼ੁਰੂ ਹੋ ਗਈ ਭਾਅ ਜੀ, ਲੇਕਿਨ ਅਸੀਂ ਵੀਡੀਓ ਉਦੋਂ ਤੱਕ ਬਣਾਉਂਦੇ ਰਹਾਂਗੇ ਜਿੰਨੇ ਕਰ ਆਪਣਾ ਕੈਮਰਾ ਗਿੱਲਾ ਨਹੀਂ ਹੋਣਾ ਸ਼ੁਰੂ ਹੋਏਗਾ, ਕਿਉਂਕਿ ਇਹੋ ਜਿਹਾ ਮਾਹੌਲ ਰੋਜ਼ ਰੋਜ਼ ਨਹੀਂ ਲੱਭਣਾ। ਘਰ ਵੀ ਕੋਲ ਆ ਗਿਆ ਆਪਣਾ, ਔਰ ਉਸ ਤੋਂ ਬਾਅਦ ਜਿਹੜਾ ਨਾ ਉਹ ਹੋਏ ਬਾਰਿਸ਼ ਤੇਜ਼। ਇਹ ਵੇਖੋ ਜੀ, ਬਾਰਿਸ਼ ਤੇਜ਼ ਹੋ ਗਈ ਬਈ, ਤੇਜ਼ਮ ਤੇਜ਼ ਹੋ ਗਈ। ਹੋਏ 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 ਹੋਏ, ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ। ਅੱਜ ਤਾਂ ਦੁਬਈ ਮੇਲਾ ਲੁੱਟ ਗਿਆ ਭਾਅ ਜੀ। ਇਹ ਮੇਰਾ ਹਾਲ ਕੈਮਰੇ 'ਚ ਵੀ ਨਜ਼ਰ ਆ ਰਹੀ ਆ, ਹੋਏ 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 ਹੋਏ, ਕਿਆ ਬਾਤ ਹੈ, ਕਿਆ ਓਏ ਹੋਏ 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 ਹੋਏ। ਇੱਥੇ ਜੇ ਤੁਹਾਨੂੰ ਨਜ਼ਰ ਆ ਰਹੀ ਹੋਵੇ ਨਾ, ਬਾਰਿਸ਼ 'ਚ ਆਪਾਂ ਫਸ ਗਏ ਹਾਂ, ਅਤੇ ਮੇਰਾ ਹਾਲ ਵੀਡੀਓ ਉੱਥੇ ਬੰਦ ਕਰੀਏ, ਕਿਉਂਕਿ ਘਰ ਆਪਣਾ ਨੇੜੇ ਹੀ ਹੋਣ। ਵੀਡੀਓ ਪਸੰਦ ਆਈ ਹੋਵੇ ਤਾਂ ਸ਼ੇਅਰ, ਲਾਈਕ ਅਤੇ ਘੰਟੀ ਦਾ ਬਟਨ ਦਬਾਉਣਾ ਹਰ ਜਿੱਦਾਂ ਭੁੱਲਾਂ, ਅਤੇ ਇਨਸ਼ਾਅੱਲਾ ਮਿਲਦੇ ਹਾਂ ਇੱਕ ਨਵੀਂ ਵੀਡੀਓ 'ਚ, ਨਵੇਂ ਵਲੌਗ ਦੇ ਨਾਲ। ਜਦੋਂ ਤੱਕ ਆਪਣਾ ਖਿਆਲ ਰੱਖਿਆ ਜੇ, ਮਨ ਦੋਵਾਂ 'ਚ ਯਾਦ ਰੱਖਿਆ ਜੇ। ਅੱਲਾ ਹਾਫਿਜ਼।